proper way youtube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਸਿੱਖਾਂਗੇ ਕਿ ਬੈਂਕ ਅਕਾਊਂਟ ਆਧਾਰ ਸੀਡਿੰਗ ਸਟੇਟਸ ਤਾਂ ਉਹਦਾ ਤਰੀਕਾ ਕੀ ਹੈ ਜੀ Google ਦੇ ਵਿੱਚ ਤੁਸੀਂ ਟਾਈਪ ਕਰਨਾ UIDAI UIDAI ਟਾਈਪ ਕਰੋਗੇ ਆਧਾਰ ਕਾਰਡ ਵਾਲੀ ਜਿਹੜੀ ਵੈਬਸਾਈਟ ਹੈ ਉਹ ਖੁੱਲ ਜਾਏਗੀ ਇੱਥੇ ਕਲਿੱਕ ਕਰੋ ਲੈਂਗੁਏਜ ਸਿਲੈਕਟ ਕਰੋ ਲੈਂਗੁਏਜ ਸਿਲੈਕਟ ਕਰਨ ਤੋਂ ਬਾਅਦ ਸਕਰੋਲ ਕਰਕੇ ਥੱਲੇ ਜਾਣਾ ਆ ਦੇਖੋ ਆ ਸਾਰੇ ਲਿੰਕ ਨੇ ਇੱਥੇ ਜਾਣਾ ਹੈ ਆਧਾਰ ਸਰਵਿਸਿਜ਼ ਤੇ ਆਧਾਰ ਸਰਵਿਸਿਜ਼ ਤੇ ਕਲਿੱਕ ਕਰੋਗੇ ਤਾਂ ਫਿਰ ਇੱਥੇ ਸਕਰੋਲ ਕਰਕੇ ਨੈਕਸਟ ਪੇਜ ਤੇ ਆਧਾਰ ਲਿੰਕਿੰਗ ਸਟੇਟਸ ਚੈੱਕ ਆਧਾਰ ਬੈਂਕ ਸੀਡਿੰਗ ਸਟੇਟਸ ਇੱਥੇ ਕਲਿੱਕ ਕਰਨਾ ਹੈ ਤੁਸੀਂ ਹੁਣ ਇਹ ਪੇਜ ਆ ਜਾਏਗਾ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਭਰਨਾ ਹੈ ਆਧਾਰ ਕਾਰਡ ਭਰਨ ਤੋਂ ਬਾਅਦ ਇੱਥੇ ਆ ਸਕਿਉਰਿਟੀ ਕੋਡ ਭਰਨਾ ਹੈ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਭਰੋ ਇੱਥੇ ਆ ਸਕਿਉਰਿਟੀ ਕੋਡ ਇਹ ਵਾਲਾ ਇਹ ਸਕਿਉਰਿਟੀ ਕੋਡ ਇੱਥੇ ਭਰੋ ਤੇ ਸੈਂਡ ਓਟੀਪੀ ਓਟੀਪੀ ਆਵੇਗਾ ਉਹ ਓਟੀਪੀ ਤੁਸੀਂ ਇੱਥੇ ਭਰੋਗੇ ਓਟੀਪੀ ਭਰਨ ਤੋਂ ਬਾਅਦ ਸਬਮਿਟ ਜਦੋਂ ਤੁਸੀਂ ਕਰੋਗੇ ਤਾਂ ਤੁਹਾਡੇ ਸਾਹਮਣੇ ਮੈਸੇਜ ਆ ਜਾਏਗਾ ਕਿ ਤੁਹਾਡਾ ਆਧਾਰ ਲਿੰਕ ਹੈਗਾ ਜਾਂ ਸੀਡਿੰਗ ਹੈ ਜਾਂ ਨਹੀਂ ਹੈ ਆ ਦੇਖੋ ਤਾਂ ਤੁਹਾਡੇ ਸਾਹਮਣੇ ਮੈਸੇਜ ਆ ਜਾਏਗਾ ਯੂਅਰ ਆਧਾਰ ਬੈਂਕ ਮੈਪਿੰਗ ਹੈਜ਼ ਬੀਨ ਡਨ ਇਹ ਤੁਹਾਡਾ ਆਧਾਰ ਨੰਬਰ ਹੈ ਇਹ ਸਟੇਟਸ ਹੈ ਐਕਟਿਵ ਹੈ ਇਹ ਡੇਟ ਹੈ ਕਿਹੜੀ ਡੇਟ ਨੂੰ ਇਹ ਐਕਟਿਵ ਹੋਇਆ ਹੈ ਸੀਡਿੰਗ ਹੋਈ ਹੈ स्टेट बैंक ऑफ इंडिया जिस बैंक ਦਾ ਤੁਹਾਡਾ ਅਕਾਊਂਟ ਆ ਉਹ ਬੈਂਕ ਆ ਜਾਏਗਾ ਸੋ ਇਸ ਤਰੀਕੇ ਨਾਲ ਅਸੀਂ ਆਪਣਾ ਆਧਾਰ ਬੈਂਕ ਸੀਡਿੰਗ ਸਟੇਟਸ ਚੈੱਕ ਕਰ ਸਕਦੇ ਹਾਂ ਥੈਂਕ ਯੂ ਵੈਰੀ ਮਚ